Yeah, it's Dhol. ਸਵਾਲ ਇਹ ਆਵੇ ਕਦੀ ਕੋਈ ਠੁਕਰੀਂਦਾ ਨਹੀਂ ਹੁੰਦਾ ਠੀਕ ਹੈ ਉਹ ਕੋਈ ਨਾ ਕੋਈ ਚੀਜ਼ ਦਿਵੀਂਦੀ ਹੁੰਦੀ ਹੈ ਕਿਉਂਕਿ ਦਰ 'ਤੇ ਆਏ ਸਵਾਲ ਕੋਈ ਠੁਕਰਾਵਣ ਬਹੁਤ ਵੱਡਾ ਗੁਨਾਹ ਹੁੰਦੇ ਕਿਉਂਕਿ ਉਹ ਤੁਹਾਡੇ ਦਰ 'ਤੇ ਆ ਗਿਆ ਉਹ ਆਪਣਾ ਰਿਜ਼ਕ ਆਪ ਗਿਣਾ ਆਇਆ ਖੜੇ ਅੱਲਾਹ ਤਰਫੋਂ ਠੀਕ ਹੈ ਜੇ ਤੁਹਾਡੇ ਹੱਥ ਹੋ ਗਈ ਹੈ ਉਹ ਅੱਲਾਹ ਦੀ ਚੀਜ਼ ਹੈ ਠੀਕ ਹੈ ਉਹ ਤੁਹਾਡੀ ਚੀਜ਼ ਨਹੀਂ ਠੀਕ ਹੈ ਲਾਜ਼ਮੀ ਦੋਸਤ ਅਸਲਾਮ ਭਰਾਵਾ ਅਸਲਾਮ ਅਲੈਕੁਮ ਬੇਲੀਓ ਦੋਸਤੋ ਜੇ ਤੁਸੀਂ ਅਕਸਰ ਦੇਖਦੇ ਹੋ ਸੋ ਕਿ ਜਿਵੇਂ ਦਾਣੇ ਦਾ ਮੌਸਮ ਆਉਂਦੇ ਫਸਲ ਦਾ ਮੌਸਮ ਆਉਂਦੇ ਗੰਦਮ ਦਾ ਮੌਸਮ ਆਉਂਦੇ ਕੁਝ ਬਾਹਰੋਂ ਮੰਗਣ ਵਾਲੇ ਮਿਰਾਸੀ ਜਿਹਨਾਂ ਕੋਲ ਮਤਲਬ ਮੁਫਤ ਜ਼ਬਾਨੇ ਬਾਹਰ ਹੀ ਸਜਾ ਵੈਂਦੇ ਉਹ ਆ ਵੈਂਦਨ ਅਤੇ ਉਹ ਬਾਹਰੋਂ ਆਇਆ ਖੜੇ ਉਹ ਕੋ ਮੈਂ ਪੈਸੇ ਲਿਆਉਣ ਦੀ ਬੜੀ ਕੋਸ਼ਿਸ਼ ਕੀਤੀ ਹੈ ਲੇਕਿਨ ਉਹ ਆਏ ਕੋਈ ਨਾ ਮੈਂ ਤਾਂ ਦਾਣੇ ਕਿਤੇ ਬਗੈਰ ਵੇਸਾਂ ਕਹਿਣਾ ਹੁਣ ਦਾਣੇ ਵਾਲਾ ਹਨ ਕਹਿਣਾ ਦਾਣੇ ਅਸਾਂ ਕੁਝ ਕੀਤੇ ਸਨ ਅਤੇ ਵਾਲਾ ਉਹ ਸਾਡੇ ਕੋਲ ਉੱਠੀਏ ਪੈਕ ਖਾਏ ਖਾਣਾ ਅਤੇ ਵਾਲਾ ਬੈ ਥੋੜ੍ਹੇ ਜਿਹਾ ਲਾਤੇ ਮਾਂ ਕਹਿੰਦੇ ਨੇ ਮੱਤਾਂ ਦੇ ਕੋਈ ਰਾਜ਼ੀ ਥੀ ਮੈਨੂੰ ਤੁਹਾਡੇ ਕੋਲ ਥੋੜ੍ਹਾ ਢੋਲ ਵੀ ਸੁਣ ਰਹੇ ਨੇ ਹੈ ਅਗਾ ਵਜੇ ਦੇ ਤਾਂ ਅਤੇ ਜੁੜਦੇ ਹਨ ਬੇਟੇ ਹੈ ਅੱਜ ਤਾਂ ਮੇਰਾ ਵਿਲਾ ਗਿਆ ਇਹੀ ਚੀਜ਼ ਉੱਤੇ ਕਿਉਂਕਿ ਜਿਹੜੇ ਦਰ 'ਤੇ ਮੰਗਣਾ ਵੈ ਨਾ ਉਹਨੇ ਕਦੀ ਮਤਲਬ ਠੁਕਰਾਵੇ ਨਾ ਉਹਨੇ ਕੋਈ ਨਾ ਕੋਈ ਲਾਜ਼ਮੀ ਦੇਵੇ ਕੋਸ਼ਿਸ਼ ਕਰੇ ਜੁੜਦੇ ਦੋਸਤੋ ਸਾ ਜੁੜਦੇ ਪਏ ਸਾਡੇ ਧਿਆਏ ਗਿਨ ਰਹੇ ਜਾਂ ਕੋਈ ਨਾ ਦਾਣੇ ਚਾਹ ਥੋੜ੍ਹਾ ਢੋਲ ਕਾ ਤਾਂ ਵਜਾ ਥੋੜ੍ਹਾ ਜਾ ਅਗਤੇ ਮੈਂ ਠੀਕ ਖੜੇ ਦਰਵਾਜ਼ਾ ਘਰ ਨੂੰ ਹੱਟ ਖੜ ਦਰਵਾਜ਼ੇ ਨੂੰ ਥੋੜ੍ਹਾ ਹੱਟ ਖੜ ਇਹ ਦੇਖੋ ਦੋਸਤੋ ਇਹ ਮਤਲਬ ਆਏ ਖਣਨ ਇਹ ਸਾਡੇ ਇਲਾਕੇ ਦੇ ਮਤਲਬ ਨਿਰਾਸੀਆਂ ਨੇ ਚਾਚੀ ਹੁੰਦੀਆਂ ਇਹਨਾਂ ਨੂੰ ਢੋਲਕਾ ਸੁਣਦੇ ਆ ਥੋੜ੍ਹੇ ਮੈਂ ਛਾਂ ਥੇ ਕਰੋ ਮੈਂ ਥੋੜ੍ਹੇ ਮੈਂ ਢੋਲਕਾ ਵਜਾ ਥੋੜ੍ਹੀ ਵੀਡੀਓ ਮੈਂ ਬਣਾਉਣਾ ਨਾਰਾਜ਼ ਨਹੀਂ ਵੀ ਹਾਂ ਇਹਦੇ ਪਾ ਦੇ ਮਾਂ ਪਾਣੀ ਠੱਡਾ ਕਾਇਨਾ ਪਾਣੀ ਠੱਡਾ ਮੈਂ ਤਾਂ ਖੁੱਟੜਾ ਪਾਣੀ ਪੈਣਾ ਖੜੋ ਵਾਲਾ ਅੱਛਾ ਕਿਹੜੀ ਕਲਾਸ ਤੱਕ ਪੜ੍ਹਿਆ ਬੱਬੇ ਦੇ ਇਕੱਠੇ ਅੱਛਾ ਪੰਜ ਤੱਕ ਪੜ੍ਹਿਆ ਇਹਦੀ ਬਾਬਾ ਨਾਲ ਆਪੇ ਇਕੱਠੇ ਪੜ੍ਹਦੇ ਆ ਬਾਬਾ ਕਹਿੰਦਾ ਆਖਤੀ ਅੱਛਾ ਮਾਂ ਸਨ ਖਾਉਂਦਾ ਅੱਛਾ ਤੁਹਾਡਾ ਨਾਂ ਕਿਆ ਹੈ ਗੁਲਾਮ ਮੁਹੰਮਦ ਤੁਹਾਡਾ ਨਾਂ ਗੁਲਾਮ ਮੁਹੰਮਦ ਤੁਸੀਂ ਚੌਕੜੇ 'ਚ ਬੈਠੇ ਹੋਏ ਬੇਸ਼ਨ ਤੁਹਾਡਾ ਕਿਆ ਲੱਗਦਾ ਹੈ ਭੀਰਾ ਬੇਸ਼ਨ ਭੀਰਾ ਬੇਸ਼ਨ ਭੀਰਾ ਹੈ ਦੋਸਤਾਂ ਅੱਛਾ ਮਤਲਬ ਮੇਰੇ ਅੱਬੇ ਦੇ ਇਕੱਠੇ ਪੜ੍ਹਦੇ ਮੇਰੇ ਅੱਬੇ ਕਲਾਸ ਫੈਲੋ ਹੋਵੇ ਸਹੀ ਸਹੀ ਪਾਣੀ ਵੀ ਹੋਵੇ ਨਾ ਬਸ ਅੱਛਾ ਮੈਂ ਵੀ ਲਿਖਾ ਦੋ ਅੱਛਾ ਹੁਣ ਅਸਾਂ ਕੋਈ ਢੋਲ ਸੁਣਵਾਓ ਮਜ਼ਾ ਇਹ ਢੋਲ ਵਸਤਾ ਰੱਖੇ ਆਬਾਦ ਰੱਖੇ ਮੇਰੇ ਹੱਕ ਦੁਆ ਕੀਤੀ ਕਰ ਮੇਰੀ ਨੌਕਰੀ ਥੀ ਬਣੇ ਮੇਰੇ ਇੱਕ ਟੈਸਟ ਤੇ ਈਦ ਕੋ ਬਾਅਦ ਠੀਕ ਹੈ ਇਹ ਵੀ ਦੁਆ ਕਰਕੇ ਮੇਰਾ ਚੈਨਲ ਵੀ ਗਰੋ ਕਰੇ ਅੱਲਾ ਭਾਵੇਂ ਇਥਾ ਆਖੋ ਚਾਹੀ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਲਾ ਭਾਵੇਂ ਸਾਹਿਬ ਥੀ ਤੁਸ ਆਖੋ ਇਹਨੂੰ ਕੋ ਆਖਿੰਦੇ ਚੈਨਲ ਕੋ ਸਬਸਕ੍ਰਾਈਬ ਕਰੋ ਲਾਈਕ ਕਰੋ ਇਹ ਕੋ ਦੇ ਲਾਈਕ ਕਰੋ ਇਹ ਵੀ ਫਾਈਨਲ ਕਰੋ ਇਹ ਹਾਂ ਮੈਂ ਆਧਾ ਕਰਾਂ ਰੋਜ਼ ਦਿੰਦਾ ਤਕੋ ਵਾਸਤਾ ਦੇ ਰੋਜ਼ ਦਿੰਦਾ ਦੇਖੋ ਇਹ ਜੀ ਸੁਣੋ ਇਹ ਦੇਖੋ ਚਾਚਾ ਤੋਂ ਕਿਆ ਦਾ ਖੜੇ ਮੇਰੇ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਰੋ ਤੋ ਕੋ ਰੋਜ਼ਿਆਂ ਵਾਸਤੇ ਇੱਥੇ ਸੀ ਔਰ ਇੰਜੇ ਬੰਦੇ ਰੋਜ਼ਿਆਂ ਦਾ ਵਾਸਤਾ ਹੈ ਇੰਜੇ ਬੰਦੇ ਜਿਹੜੇ ਆਵਨ ਨਾ ਦਿਲੋਂ ਦੁਬਾਰੇ ਨੇ ਦੁਆ ਕੀਤੀ ਕਰੋ ਇਹਨੇ ਕੋ ਦਰ ਤੋਂ ਟੁਕਰਾਇਆ ਨਾ ਕਰੋ ਦੁਆ ਕਰਨਾ ਤੋ ਕੋ ਦੁਆ ਪੇ ਕਰਨਾ ਸੁਣ ਗਣ ਮੇਰੇ ਹੱਕੇ ਦੁਆ ਕਰੋ ਚਾ ਲਾਜ਼ਮੀ ਠੀਕ ਹੈ ਆਬਾਦ ਰਹੋ ਠੀਕ ਹੈ ਚਾਚੂ ਮਿਹਰਬਾਨੀ ਇੱਥੇ ਪੜਦਾ ਸੀ ਪਹਿਲੇ ਮਲੇ ਗੁਲਾਮ ਸਰਵਰ ਦੇ ਕੋਲ ਪੜਦਿਆ ਸੀ ਅੱਛਾ ਇੱਥੇ ਸਾਹ ਕਰਦਾ ਅੱਛਾ ਭਲਾ ਬਲ ਪਿਛੇ ਬਾਹਰ ਨਾਲੇ ਤੇ ਬਣ ਗਿਆ ਸਕੂ ਅੱਛਾ ਤੂੰ ਗਏ ਪਰ ਤੇ ਆ ਤੇ ਤੇ ਦਿਵਾਲੇ ਅੱਛਾ ਦਿਵਾਲੇ ਗਏ ਆ ਪੜਾ ਦਿਵਾਲੇ ਪੜਾ ਦਿਵਾਲੇ ਪੜਨਾ ਸਕੂਲ ਹੈ ਹਾਂ ਉੱਥੇ ਗਏ ਆ ਤੇ ਅੱਛਾ ਵਾਹ ਬੇ ਵਾਹ ਹਾਂ ਅੱਛਾ ਮੈਂ ਪੇ ਨੂੰ ਪੁੱਛਾਂ ਵਾਲਾ ਮੈਂ ਇਹ ਪੁੱਛਾ ਹੈ ਠੀਕ ਹੈ ਨਬੀ ਦਾ ਗੁਲਾਮ ਸਾਡੇ ਇਹ ਸਮਝੀ ਕਿੱਥੇ ਪੜਦਾ ਜਾਂ ਕਹਿਣਾ ਅੱਛਾ ਮੈਂ ਵਾਲ ਪੁੱਛਾਂ ਕਲਾਸ ਫੈਲਮ ਹੈ ਅੱਛਾ ਸਹੀ ਹੈ ਠੀਕ ਹੈ ਚਾਚਾ ਵਾਲਾ ਅੱਲਾ ਬਸਤਾ ਰਾਮ ਹੈ ਅੱਛਾ ਦੋਸਤੋ ਤੁਹਾਨੂੰ ਮੇਰਾ ਵਿਲਾ ਕਿਵੇਂ ਲੱਗੇ ਉਮੀਦ ਕਰਨਾ ਕਿ ਬਹੁਤ ਅੱਛਾ ਲੱਗਾ ਉਸਦਾ ਥੋੜ੍ਹਾ ਢੋਲ ਕਿਉਂਕਿ ਇੰਜੋਏ ਕੀਤਾ ਉਹ ਸੀ ਅਤੇ ਇੰਜੇ ਬੰਦੇ ਜਿਹੜੇ ਤੁਹਾਡੇ ਦਰ 'ਤੇ ਆਵਣ ਦਰ 'ਤੇ ਕੋਈ ਸਵਾਲ ਹੀ ਆਵੇ ਕਦੀ ਕੋਈ ਠੁਕਰੀਂਦਾ ਨਹੀਂ ਹੁੰਦਾ ਠੀਕ ਹੈ ਉਹ ਕੋਈ ਨਾ ਕੋਈ ਚੀਜ਼ ਦਿਵੀਂਦੀ ਹੁੰਦੀ ਹੈ ਕਿਉਂਕਿ ਦਰ 'ਤੇ ਆਏ ਸਵਾਲ ਕੋਈ ਠੁਕਰਾਵਣ ਬਹੁਤ ਵੱਡਾ ਗੁਨਾਹ ਹੁੰਦੇ ਕਿਉਂਕਿ ਉਹ ਤੁਹਾਡੇ ਦਰ 'ਤੇ ਆ ਗਿਆ ਉਹ ਆਪਣਾ ਰਿਜ਼ਕ ਆਪ ਗਿਣਾ ਆਇਆ ਖੜੇ ਅੱਲਾਹ ਤਰਫੋਂ ਠੀਕ ਹੈ ਜੇ ਤੁਹਾਡੀ ਹੱਥ ਹੋ ਗਈ ਹੈ ਉਹ ਅੱਲਾਹ ਦੀ
چیز ہے ٹھیک ہے وہ تواری چیز نہیں ٹھیک ہے لازمی رتا کرو اور انجے بندے دل نہ ٹھکرایا کرو انہیں روٹی پانی دا بھی ضرور پوچھا کرو تے میرے چینل کو اگر نویں آئے تو سبسکرائب کرو تے اون دے علاوہ نال بیل آئیکن بٹن دبا دیو تے میری ویڈیو کو لائک لازمی کرنے تے میں کو لازمی سپورٹ ہی کرو تو اپنا سرہ کی بھی رہا ہاں تے اپنے بھائی زلقرنین عباس کو اجازت دو اپنا خیال رکھائے اللہ حافظ